ਯਾਰ ਇਹ ਜਗ੍ਹਾ ਕੋਈ ਵੇਖੀ ਵੇਖੀ ਨਹੀਂ ਲੱਗਦੀ। ਬੜਾ ਸ਼ੁਕਰ ਆ ਜੀ ਸਾਡੇ ਤੋਂ ਐ ਮਨਹੂਸ ਪਾਬੰਦੀ ਉੱਠ ਗਈ ਆ, ਨਹੀਂ ਤੇ 5 ਸਾਲ ਮਾਫੀ ਵਾਸਤੇ ਹੱਥ ਹੀ ਉੱਠਦੇ ਰਹੇ ਆ। ਬਸ ਹੁਣ ਆਵਾਮ ਅੱਗੇ ਮੇਰੀ ਇੱਕ ਰਿਕੁਐਸਟ ਆ ਕਿ ਜਦੋਂ ਵੀ ਸਾਡਾ ਮੈਚ ਵੇਖਣ ਆਉਣ ਤਾਂ ਬੋਤਲਾਂ ਤੇ ਜੂਸ ਦੇ ਡੱਬੇ ਪਲੀਜ਼ ਗਰਾਊਂਡ 'ਚ ਨਾ ਲੈ ਕੇ ਆਉਣ। ਇਸ ਪਾਬੰਦੀ ਨੇ ਮੇਰੇ 'ਚ ਇੱਕ ਨਵੀਂ ਪਾਵਰ ਭਰ ਦਿੱਤੀ ਆ। ਕੱਲ੍ਹ ਮੈਂ ਪ੍ਰੈਕਟਿਸ ਦੇ ਵਿੱਚ ਗੇਂਦ ਕਰਾਈ, ਨਾ ਬੈਟਸਮੈਨ ਨੂੰ ਨਜ਼ਰ ਆਈ ਨਾ ਮੈਨੂੰ ਨਜ਼ਰ ਆਈ। ਦਰਅਸਲ ਮੈਂ ਜਿੱਥੋਂ ਸਟਾਰਟ ਲਿਆ ਸੀ ਉੱਥੋਂ ਹੀ ਡਿੱਗ ਪਈ ਸੀ। ਇਹ ਤੋਂ ਅੰਦਾਜ਼ਾ ਹੁੰਦਾ 5 ਸਾਲਾਂ 'ਚ ਕ੍ਰਿਕਟ 'ਚ ਬਹੁਤ ਤਬਦੀਲੀ ਆ ਗਈ ਹੈ। ਅੱਗੇ ਗੇਂਦ ਪਾਈਆ ਦੀ ਹੁੰਦੀ ਸੀ, ਹੁਣ 1.5 ਕਿਲੋ ਦੀ ਹੋ ਗਈ ਹੈ। ਇਹ 5 ਸਾਲ ਦੀ ਪਾਬੰਦੀ ਨੇ ਇਮਾਨ ਨਾਲ ਮੇਰੇ ਵਾਲਾਂ ਦਾ ਕੱਖ ਨਹੀਂ ਛੱਡਿਆ। ਮੈਂ ਜਿੱਥੇ ਵੀ ਜਾਂਦਾ ਸੀ ਲੋਕ ਮੈਨੂੰ ਵਾਲਾਂ ਤੋਂ ਫੜ ਲੈਂਦੇ ਸੀ, ਮੇਰਾ ਮਤਲਬ ਪਛਾਣ ਲੈਂਦੇ ਸੀ। ਅਤੇ ਹੁਣ ਮੈਂ ਜਦੋਂ ਦਾ ਆਪਣਾ ਸਟਾਈਲ ਬਦਲਿਆ, ਲੋਕ ਮੈਨੂੰ ਪੁੱਛਦੇ ਆ ਯਾਰ ਉਹ ਮੈਚ ਫਿਕਸਿੰਗ ਵਾਲਾ ਅਮਰ ਕਿਤੇ ਵੇਖੇ।